ਵੀ ਅਸੀਂ ਜੇ ਦੁਨੀਆ ਦੇ ਵਿੱਚ ਵੱਖਰੇ ਹੋ ਕੇ ਚੱਲਾਂਗੇ ਤਾਂ ਕਿਵੇਂ ਚੱਲਾਂਗੇ, ਉਸ ਤਰ੍ਹਾਂ ਦੀ ਜਿਹੜੀਆਂ ਸਾਡੇ ਵਿਚਾਰਾਂ ਵੀ ਹੋਣੀਆਂ ਚਾਹੀਦੀਆਂ। ਹੁਣ ਸਾਨੂੰ ਇੰਨੀ ਡਿਟੇਲ ਦੇ ਵਿੱਚ ਡਿਸਕਸ ਕਰਿਆ ਕਿ ਈਵਨ ਈਚ ਐਂਡ ਐਵਰੀਥਿੰਗ ਹੈਜ਼ ਬੀਨ ਐਕਸਪਲੇਨ, ਅਤੇ ਸਾਰਾ ਕੁਛ ਬੜੀ ਡਿਟੇਲ ਦੇ ਵਿੱਚ ਡਿਸਕਸ ਕਰਿਆ। ਹੁਣ ਕਿਉਂਕਿ ਮੈਨੂੰ ਵੀ ਥੋੜ੍ਹਾ ਜਿਹਾ ਤਜਰਬਾ ਇਹਦਾ, ਮੈਂ ਵੀ ਕਾਫੀ ਦੇਰ ਕਰੀਅਰ ਐਂਡ ਗਾਈਡੈਂਸ ਦੇ ਵਿੱਚ ਰਿਹਾ, ਅਤੇ ਬਾਕੀ ਬੱਚਿਆਂ ਨੂੰ ਅਸੀਂ ਦੇਖਦੇ ਹੋਏ ਕਿ ਪਤਾ ਨਹੀਂ ਕਿੰਨੀ ਦੇਰ ਹੋ ਗਈ ਹੈ। ਸਰ ਦਾ ਵੀ ਐਕਸਪੀਰੀਅੰਸ, ਸਰ ਨੇ ਵੀ ਦੱਸਿਆ ਜਿਵੇਂ ਤੁਹਾਨੂੰ ਤੁਹਾਡੇ ਨਾਲ ਮਲ ਸਰ ਵੀ ਗੱਲ ਕਰ ਰਹੇ ਸੀ ਜਾਂ ਫਿਰ ਵਿਕਾਸ ਜੀ ਵੀ ਗੱਲ ਕਰ ਰਹੇ ਨੇ, ਤਾਂ ਲਗਾਤਾਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ। ਇੱਕ ਦੋ ਚੀਜ਼ਾਂ ਹੋਰ ਵੀ ਨੇ, ਮੰਨ ਲਓ ਵੀ ਜ਼ਿੰਦਗੀ ਦੇ ਵਿੱਚ ਪਹਿਲਾਂ ਚੀਜ਼ ਹੁੰਦੀ ਹੈ ਵੀ ਆਪਾਂ ਸੈਟਲ ਜਲਦੀ ਤੋਂ ਜਲਦੀ ਕਿਵੇਂ ਹੋਣਾ, ਸੈਟਲ ਜਲਦੀ ਤੋਂ ਜਲਦੀ ਕਿਵੇਂ। ਜਿਵੇਂ ਸਰ ਨੇ ਦੱਸਿਆ ਵੀ ਆਈ ਟੀ ਆਈ ਦੇ ਕੋਰਸ ਕਰ ਲਏ, ਪਰ ਉਹ ਉੱਥੇ ਰਹਿ ਜਾਓਗੇ ਫਿਰ ਤੁਸੀਂ ਨਾਲ। ਇੱਕ ਚੀਜ਼ ਹੋਰ ਹੈ ਜਿਹੜੀ ਸਾਡਾ ਕਾਨੂੰਨ ਜਿਹੜਾ ਉਹ ਸਾਨੂੰ ਆਗਿਆ ਦਿੰਦਾ, ਅਤੇ ਉਹ ਬੱਚੇ ਜਿਨ੍ਹਾਂ ਨੂੰ ਐਂ ਲੱਗਦਾ ਵੀ ਪੜ੍ਹਾਈ ਅਸੀਂ ਤਾਂ ਯਾਰ ਜਿੰਨੇ ਮਰਜ਼ੀ ਔਖੇ ਇਗਜ਼ਾਮ ਹੋਣ ਅਸੀਂ ਕਰ ਲਵਾਂਗੇ, ਪਰ ਉਹ ਕਰ ਵੀ ਲੈਂਦੇ ਨੇ। ਉਹਨਾਂ ਲਈ ਇੱਕ ਹੋਰ ਵੀ ਚੀਜ਼ ਬੜੀ ਵਧੀਆ ਹੈ, ਤੁਸੀਂ ਜਦੋਂ ਆਪਣੇ ਲਾਈਫ ਦੇ ਵਿੱਚ ਐਕਸਪੈਰੀਮੈਂਟ ਕਰੋਗੇ ਤਾਂ ਦੇਖੋਗੇ ਤੁਹਾਡਾ ਤਜਰਬਾ ਵੱਖਰਾ ਹੋ ਸਕਦਾ, ਵੱਖਰੀ ਨਿਗਾਹ ਦੇ ਨਾਲ ਤੁਸੀਂ ਕਿਸੇ ਫੀਲਡ ਨੂੰ ਦੇਖ ਸਕਦੇ। ਉਹ ਜਦੋਂ ਤੁਸੀਂ ਵੱਖਰੇ ਹੋ ਕੇ ਚੱਲੋਗੇ ਤਾਂ ਤੁਹਾਡੇ ਲਈ ਸਪੇਸ ਵੀ ਵੱਖਰੀ ਬਣੂਗੀ, ਕਿਉਂਕਿ ਜਿਹੜੇ ਸਾਇੰਟਿਸਟ ਨੇ ਜਾਂ ਜਿਵੇਂ ਹੁਣ ਦਸਵੀਂ ਦੇ ਵਿੱਚ ਆਪਾਂ ਕੱਲ੍ਹ ਪਰਸੋਂ ਲੈਸਨ ਵੀ ਪੜ੍ਹਿਆ ਤਾਂ ਸੀਕ੍ਰੇਟ ਔਫ ਹੈਪੀਨੈਸ, ਉਹਦੇ ਵਿੱਚ ਇੱਕ ਗੱਲ ਪੜ੍ਹੀ ਹੈ ਆਪਾਂ ਵੀ ਆਪਾਂ ਈਵਨ ਐਵਰੇਜ ਪਰਸਨ ਜਿਹੜਾ ਹੁੰਦਾ ਉਹ 20% ਹੀ ਮਾਇੰਡ ਦਾ ਯੂਜ਼ ਕਰਦਾ, ਬ੍ਰੇਨ ਦਾ ਯੂਜ਼ ਕਰਦਾ, ਬਟ ਜੇ ਉਹ ਥੋੜ੍ਹਾ ਜਿਹਾ 20% ਤੋਂ ਵਧਾ ਦੇਵੇ ਤਾਂ 2-4% ਨਾਲ ਹੀ ਬਾਕੀਆਂ ਨਾਲੋਂ ਬਹੁਤ ਵੱਡਾ ਫਰਕ ਪੈ ਜਾਂਦਾ। ਤਾਂ ਇੱਥੇ ਮੈਂ ਤੁਹਾਨੂੰ ਦੱਸਣਾ ਨਾ, ਆਹ ਜਿਹੜੇ ਇੰਜੀਨੀਅਰਿੰਗ ਕਾਲਜ ਡਿਪਲੋਮੇ ਨੇ, ਇਹ ਵਾਲੇ ਡਿਪਲੋਮੇ ਤੁਸੀਂ 3 ਸਾਲਾਂ ਦੇ ਨੇ, 10ਵੀਂ ਤੋਂ ਬਾਅਦ ਸਿੱਧੀ ਡਾਇਰੈਕਟ ਦੀ ਇੱਥੇ ਐਂਟਰੀ ਮਿਲ ਜਾਂਦੀ ਹੈ, ਠੀਕ ਹੈ। ਤਾਂ ਫਿਰ ਜਦੋਂ ਇਹ 3 ਸਾਲਾਂ ਦਾ ਜਾਂ 2 ਸਾਲਾਂ ਦਾ ਜਿਹੜਾ ਡਿਪਲੋਮਾ ਤੁਸੀਂ 3 ਸਾਲਾਂ ਦਾ ਕਰਦੇ ਹੋ, ਉਹ +2 ਦੇ ਇਕੁਇਵਲੈਂਟ ਹੋ ਜਾਂਦਾ। ਚਾਹੇ ਤੁਸੀਂ +2 ਕਰ ਲਈ, ਚਾਹੇ ਤੁਸੀਂ ਡਿਪਲੋਮਾ ਕਰਦੇ, ਜੇ +2 ਦੇ ਬੇਸ ਦੇ ਉੱਤੇ ਕੋਈ ਵੀ ਚੀਜ਼ ਨੌਕਰੀ ਨਿਕਲਦੀ ਹੈ ਤਾਂ ਤੁਸੀਂ ਆਹ ਜੇ ਕਰਿਆ ਹੋਇਆ ਤਾਂ ਵੀ ਅਪਲਾਈ ਕਰ ਸਕਦੇ। ਇਕੁਇਵਲੈਂਸੀ ਦਾ ਮਤਲਬ ਇਹ ਹੈ, ਸਮਝ ਆਈ ਗੱਲ, ਸਮਝ ਆ ਗਈ। ਅੱਛਾ ਹੁਣ ਗੱਲ ਹੋਰ ਹੈ, ਉੱਥੋਂ ਤੁਸੀਂ +2 ਸਾਇੰਸ ਨਾਲ ਕਰ ਲਈ ਜਾਂ ਕਿਸੇ ਵੀ ਸਬਜੈਕਟ ਨਾਲ ਕਰ ਲਈ, ਉਦੋਂ ਬਾਅਦ ਤੁਹਾਨੂੰ ਇੱਥੇ ਵੀ ਐਡਮਿਸ਼ਨ ਮਿਲ ਗਈ। ਇਹ 3 ਸਾਲਾਂ ਦਾ ਹੈ, ਜਿਹੜੀ ਗੱਲ ਹੁਣ ਮੈਂ ਤੁਹਾਨੂੰ ਵੱਖਰੀ ਦੱਸਣਾ ਚਾਹੁੰਦਾ, ਜਿਹੜੇ ਬੱਚੇ ਜ਼ਿਆਦਾ ਸਟੂਡੀਅਸ ਨੇ, ਜਿਹੜੇ ਬੱਚੇ ਹੋਰ ਜ਼ਿਆਦਾ ਐਕਸੈਲਰੇਟ ਕਰ ਸਕਦੇ ਨੇ ਆਪਣੀ ਲਾਈਫ ਦੇ ਵਿੱਚ, ਜਿਹੜੇ ਬੱਚੇ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਕਰ ਸਕਦੇ ਆ, ਕੁਛ ਵੀ ਕਰ ਲਏ ਆਹ ਚੀਜ਼ ਕਰ ਰਹੀ ਹੈ, ਇਹਨਾਂ 'ਚੋਂ ਕੋਈ ਵੀ ਚਾਹੇ ਕੰਪਿਊਟਰ ਸਾਇੰਸ, ਮਕੈਨੀਕਲ, ਇਲੈਕਟ੍ਰੀਕਲ, ਜਿਹੜਾ ਵੀ ਤੁਸੀਂ ਫੀਲਡ ਦੇ ਵਿੱਚ ਚੂਜ਼ ਕਰੀਏ, ਉਹ 3 ਸਾਲਾਂ ਦਾ ਚੱਲੂ। ਉਹਦੇ ਨਾਲ ਤੁਸੀਂ CC ਰਾਹੀਂ ਜਾਂ ਪ੍ਰਾਈਵੇਟਲੀ ਚਾਹੇ ਆਹ ਭਰ ਦਿਓ, ਚਾਹੇ ਆਹ ਭਰ ਦਿਓ, ਚਾਹੇ ਆਹ ਭਰ ਦਿਓ, ਜੇ ਭਰ ਸਕਦੇ ਇੱਥੇ ਗ੍ਰੈਜੂਏਸ਼ਨ, ਇੱਥੇ ਗ੍ਰੈਜੂਏਸ਼ਨ ਨਹੀਂ ਆਹ ਪ੍ਰਾਈਵੇਟ ਤਾਂ ਵੀ ਹੋ ਸਕਦੇ, ਇੱਥੇ ਸਬਜੈਕਟ ਹੈਗੇ ਨੇ, ਕੁਛ ਸਬਜੈਕਟ ਹੈਗੇ ਨੇ ਇਹਨਾਂ 'ਚ ਹੋ ਜਾਂਦੇ ਨੇ, ਕਿਉਂਕਿ ਸਬਜੈਕਟ ਚੋਇਸ ਅਸੀਂ ਇੱਥੇ ਬਹੁਤ ਘੱਟ ਲਈ ਹੈ। ਬਹੁਤ ਵੱਡਾ ਏਰੀਆ ਹੈ, ਬਹੁਤ ਵੱਡੇ ਸਨ, ਬਹੁਤ ਜ਼ਿਆਦਾ ਸਬਜੈਕਟ ਨੇ ਇਹਦੇ ਵਿੱਚ, ਤੁਸੀਂ ਉਹਨਾਂ 'ਚ ਚੂਜ਼ ਕਰ ਦਿੰਦੇ, ਈਵਨ ਕਿ ਉਹਦੇ 'ਚ ਲੈਂਗੁਏਜ ਵੀ ਆ ਜਾਂਦੇ ਨੇ, ਫਰੈਂਚ, ਜਰਮਨ, ਬਹੁਤ ਸਾਰੀਆਂ ਹੋਰ ਤਰ੍ਹਾਂ ਦੇ ਸਬਜੈਕਟ, ਸਾਰੀਆਂ ਲੈਂਗੁਏਜ ਆ ਜਾਂਦੀ ਨੇ, ਇਕੱਲੀ ਪੰਜਾਬੀ ਨਹੀਂ ਪਰ ਬਾਕੀ ਵੀ ਬਹੁਤ ਸਾਰੀਆਂ ਆ ਜਾਂਦੀਆਂ ਨੇ। ਤੁਸੀਂ 3 ਸਾਲਾਂ ਦੇ ਵਿੱਚ ਇੱਧਰੋਂ ਇਹ ਪ੍ਰਾਈਵੇਟਲੀ ਪੇਪਰ ਇਹ ਦੇਈ ਜਾਂਦੇ ਹੋ, ਅਤੇ ਇੱਧਰ 3 ਸਾਲਾਂ 'ਚ ਰੈਗੂਲਰ ਇਹ ਕਰੀਏ, ਨਾਲੇ ਤੋਂ ਤੁਹਾਡੀ ਆਹ ਹੋ ਗਈ, ਨਾਲੇ ਜਦੋਂ ਕਿਸੇ
ਕਿਸੇ ਗ੍ਰੈਜੂਏਸ਼ਨ ਬੇਸ ਦੇ ਉੱਤੇ ਕੋਈ ਇਗਜ਼ਾਮ ਨਿਕਲਦਾ ਤਾਂ ਤੁਹਾਡੇ ਕੋਲ ਉਹ ਵੀ ਹੈਗੀ। 3 ਸਾਲਾਂ 'ਚ ਉਹ ਵੀ ਹੋਜੂ, 3 ਸਾਲਾਂ 'ਚ ਇਹ ਵੀ ਹੋਜੂ, 2 ਡਿਗਰੀਆਂ। ਇਹ ਡਿਪਲੋਮਾ ਹੈ, ਡਿਪਲੋਮੇ ਦੇ ਨਾਲ ਡਿਗਰੀ ਕਰ ਸਕਦੇ ਹੋ, 2 ਡਿਪਲੋਮੇ ਇਕੱਠੇ ਨਹੀਂ ਕਰ ਸਕਦੇ, 2 ਡਿਪਲੋਮੇ ਕਰ ਸਕਦੇ ਹਾਂ ਕਿਸੇ ਕਾਨੂੰਨ ਦੇ ਵਿੱਚ ਹੈਗਾ ਕਿ, ਅਤੇ ਦੋਨੋਂ ਡਿਗਰੀਆਂ ਇਕੱਠੀਆਂ ਨਹੀਂ ਕਰ ਸਕਦੇ, 2 ਡਿਗਰੀਆਂ ਇਕੱਠੀਆਂ ਨਹੀਂ ਕਰ ਸਕਦੇ। ਉਹ ਡਿਗਰੀ ਹੁੰਦੀ ਹੈ ਬੈਚਲਰ ਡਿਗਰੀ, ਠੀਕ ਹੈ। 2 ਡਿਗਰੀਆਂ ਇਕੱਠੀਆਂ ਨਹੀਂ ਕਰ ਸਕਦੇ, ਬਟ ਡਿਪਲੋਮਾ ਅਤੇ ਡਿਗਰੀ ਇਕੱਠੇ ਤੁਸੀਂ ਕਰ ਸਕਦੇ, ਇਸ ਤਰੀਕੇ ਦੇ ਨਾਲ ਵੀ ਕਰ ਸਕਦੇ। ਹੁਣ ਬਹੁਤੀ ਗੱਲ ਆਇਆ ਵੀ ਆਪਣੇ ਆਪ ਨੂੰ ਉਲਝਾਉਣਾ, ਵੀ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੈ ਉਹ ਇਹ ਕਿ ਤੁਸੀਂ ਆਪਣੀ ਫੀਲਡ ਨੂੰ ਹੁਣੇ ਤੋਂ ਸਮਝੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ, ਕਿੱਧਰ ਨੂੰ ਜਾਣਾ। ਕਈਆਂ ਦਾ ਇੰਟਰਸਟ ਫੌਜ ਦੇ ਵਿੱਚ ਜਾਣ ਨੂੰ ਹੁੰਦਾ, ਹੁਣ ਫੌਜ ਦੇ ਵਿੱਚ ਵੀ ਮੈਂ ਹੁਣੇ ਹੁਣੇ ਪੜ੍ਹ ਰਿਹਾ ਸੀਗਾ ਵੀ ਇੱਕ ਮਿਲਟਰੀ ਜਿਹੜੇ ਕਾਲਜਿਸ ਨੇ ਉਹਨਾਂ ਦੇ ਵਿੱਚ ਐਡਮਿਸ਼ਨ ਹੁੰਦੀ ਹੈ, ਪਰ ਉਹ ਹੁੰਦੀ ਆ 7ਵੀਂ ਕਲਾਸ ਤੋਂ ਬਾਅਦ 8ਵੀਂ ਕਲਾਸ ਦੇ ਵਿੱਚ ਐਡਮਿਸ਼ਨ ਹੁੰਦੀ ਹੈ। 48,000 ਰੁਪਇਆ ਸਾਲਾਨਾ ਉਸ ਵਿਦਿਆਰਥੀ ਨੂੰ ਸਕੋਲਰਸ਼ਿਪ ਵੀ ਦਿੱਤੀ ਜਾਂਦੀ ਹੈ ਸਾਲਾਨਾ। ਉਹਦੇ ਲਈ ਟੈਸਟ ਹੁੰਦਾ, ਬਹੁਤ ਤਰ੍ਹਾਂ ਦੇ ਟੈਸਟ ਹੋਣਗੇ, ਜਿਵੇਂ ਸਰ ਨੇ EEE ਵਾਲਾ ਉਹ ਇਗਜ਼ਾਮ ਜਾਂ ਹੋਰ ਬਹੁਤ ਸਾਰੇ ਟੈਸਟ ਨੇ ਜਿਹੜੇ ਸਕੋਲਰਸ਼ਿਪ ਦੇ ਨਾਲ ਬੇਸਡ ਵੀ ਨੇ, ਤੁਸੀਂ ਉਹ ਵੀ ਕਰ ਸਕਦੇ ਹੋ। ਉਹ ਕਰਨ ਤੋਂ ਬਾਅਦ ਤੁਹਾਨੂੰ ਡਾਇਰੈਕਟ ਐਡਮਿਸ਼ਨ ਮਿਲ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਜੇ ਮਿਲਟਰੀ ਕਾਲਜ ਜਾਂ ਤੁਸੀਂ ਨੇਵੀ ਵਗੈਰਾ ਜਾਂ ਉਹਦੇ ਵਿੱਚ ਚਲੇ ਜਾਂਦੇ ਹੋ, ਉੱਥੇ ਵੀ ਤੁਹਾਨੂੰ ਐਡਮਿਸ਼ਨ ਮਿਲਦੀ ਹੈ। ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਲਈ ਵੱਖਰੇ ਹੁੰਦੇ ਨੇ, ਪਰ ਉਹਦੇ ਲਈ ਕੀ ਹੈ ਮੈਡੀਕਲ ਨੋਨ ਮੈਡੀਕਲ ਵਾਲਾ ਪ੍ਰੋਸੀਜਰ ਹੁੰਦਾ ਜ਼ਿਆਦਾ ਮੈਂ ਦੇਖਦਾ, ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਹਿਸਟਰੀ ਵਾਲਾ ਇੰਗਲਿਸ਼ ਲਿਟਰੇਚਰ ਵਾਲਾ, ਇਹ ਚੀਜ਼ਾਂ ਹੁੰਦੀਆਂ ਨੇ, ਇਹ ਵੀ ਕਰ ਸਕਦੇ ਹੁੰਦੇ। ਹੁਣ ਇੱਕ ਹੋਰ ਵੱਡੀ ਗੱਲ ਹੈ, ਜਿਵੇਂ ਸਰ ਫਿਜ਼ੀਕਲ ਵਾਲੇ ਜਿਵੇਂ ਸਰ ਨੇ ਉਹ ਗੱਲ ਦੱਸੀ ਸੀਗੀ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀਗੇ ਵੀ ਜੇ ਕੋਈ ਗੇਮ ਤੁਹਾਡੇ ਕੋਲ ਹੈਗੀ ਆ, ਜੇ ਕੋਈ ਗੇਮ ਤੁਹਾਡੇ ਕੋਲ ਹੈਗੀ ਆ, ਹੁਣ ਓਲੰਪਿਕ ਚੱਲ ਰਹੀਆਂ ਫਰਾਂਸ ਦੇ ਵਿੱਚ, ਪੈਰਿਸ ਦੇ ਵਿੱਚ ਓਲੰਪਿਕ ਚੱਲ ਰਹੀਆਂ, ਦੇਖੋ ਉਹਦੇ ਵਿੱਚ ਕਿੰਨੀਆਂ ਸਾਰੀਆਂ ਗੇਮਸ ਨੇ, ਦੇਖੋ ਉਹਦੇ 'ਚ ਤੁਸੀਂ ਦੇਖੋਗੇ ਵੀ ਕੋਈ ਨਾ ਕੋਈ ਗੇਮ ਦੇ ਵਿੱਚ ਤੁਹਾਡਾ ਇੰਟਰਸਟ ਬਣਦਾ, ਤੁਹਾਨੂੰ ਹੁਣੇ ਤੋਂ ਪਰਸੂ ਕਰੋ, ਉਹਨੂੰ ਦੇਖੋ, ਉਸ ਗੇਮ ਦੇ ਵਿੱਚ ਐਕਸੈਲਰੇਟ ਕਰੋ, ਆਪਣੇ ਆਪ ਨੂੰ ਲੈ ਕੇ ਜਾਓ, ਪ੍ਰੈਕਟਿਸ ਕਰੋ, ਅਤੇ ਨੈਸ਼ਨਲ ਲੈਵਲ ਤੱਕ ਤੁਸੀਂ 2 ਵਾਰੀ ਖੇਡ ਗਏ, ਤੁਹਾਡੀ ਇਹਨਾਂ 'ਚੋਂ ਗ੍ਰੈਜੂਏਸ਼ਨ ਕੋਈ ਵੀ ਕੀਤੀ ਹੋਈ ਹੈ, ਕੱਲ੍ਹ ਨੂੰ DSP ਦਾ ਇਗਜ਼ਾਮ ਕੋਈ ਨਿਕਲਦਾ, PCS ਦਾ ਇਗਜ਼ਾਮ ਕੋਈ ਨਿਕਲਦਾ, IAS ਦਾ ਇਗਜ਼ਾਮ ਕੋਈ ਨਿਕਲਦਾ, ਮਾਸਟਰ ਕੈਡਰ ਦੀਆਂ ਪੋਸਟਾਂ ਆਉਂਦੀਆਂ ਨੇ, ਸਕੂਲਾਂ ਦੇ ਵਿੱਚ ਪੋਸਟਾਂ ਆਉਂਦੀਆਂ ਨੇ, ਜਾਂ ਖੇਤੀਬਾੜੀ ਮਹਿਕਮੇ ਦੇ ਵਿੱਚ ਪੋਸਟਾਂ ਆਉਂਦੀਆਂ ਨੇ, ਜਾਂ ਬਹੁਤ ਸਾਰੇ ਡਿਪਾਰਟਮੈਂਟ ਹੋਰ ਨੇ ਜਿੱਥੇ ਸਰਕਾਰੀ ਜੋਬ ਵਾਲੇ ਨੌਕਰੀਆਂ ਕਰਦੇ ਨੇ, ਉਹ ਜਿੰਨੇ ਵੀ ਸਰਕਾਰੀ ਨੌਕਰੀ ਵਾਲੇ ਅਦਾਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਖਿਡਾਰੀਆਂ ਦੀਆਂ ਵੱਖਰੀਆਂ ਪੋਸਟਾਂ ਨੇ। ਜੇ ਕਿਸੇ ਨੇ DC ਲੱਗਣਾ ਹੈ, ਜੇ 100 ਪੋਸਟਾਂ ਨੇ, 100 ਦੇ ਵਿੱਚੋਂ 5 ਪੋਸਟਾਂ ਖਿਡਾਰੀਆਂ ਦੇ ਲਈ ਵੀ ਹੋਣਗੀਆਂ, ਪਰ ਉਹ ਖਿਡਾਰੀ ਕੀ ਹੈ, ਇੱਕ ਪਾਸੇ ਤਾਂ ਬੰਦਾ 90% ਲਾ ਕੇ ਐਨ ਨੰਬਰ ਨੁੰਬਰ ਲਈ ਜਾਂਦਾ, ਮਿਹਨਤ ਕਰੀ ਜਾਂਦਾ, ਅਤੇ ਦੂਸਰੇ ਪਾਸੇ ਉਹ ਮਿਹਨਤ ਜਿਹੜੀ ਉਹ ਕਿਤਾਬਾਂ ਦੇ ਨਾਲ ਕਰ ਰਿਹਾ, ਉਹ ਜਿਹੜਾ ਖਿਡਾਰੀ ਹੁੰਦਾ ਉਹ ਫੀਲਡ ਦੇ ਵਿੱਚ ਗਰਾਊਂਡ ਦੇ ਵਿੱਚ ਕਰ ਚੁੱਕਿਆ ਹੁੰਦਾ, ਫਰਕ ਬਹੁਤ ਹੈ, ਉਹ ਗਰਾਊਂਡ ਦੇ ਵਿੱਚ ਫਰਕ ਮਿਹਨਤ ਜਿਹੜੀ ਉਹ ਕਰ ਚੁੱਕਿਆ ਹੁੰਦਾ, ਇਸ ਕਰਕੇ ਉਹ ਜਿਹੜੀਆਂ 5 ਪੋਸਟਾਂ ਨੇ ਉਹਦੇ ਲਈ ਉਹਦਾ ਕੰਪੀਟੀਸ਼ਨ ਬਸ ਸਿਰਫ ਉਹਨਾਂ ਦੇ ਨਾਲ ਆ, ਜਿਹੜੇ ਬਾਕੀ ਪੜ੍ਹੀ ਜਾਂਦੇ ਨੇ ਉਹਨਾਂ ਨਾਲ ਕੰਪੀਟੀਸ਼ਨ ਨਹੀਂ ਹੈਗਾ। ਅਤੇ ਇੱਥੇ ਮੈਂ ਇਹ ਵੀ ਦੇਖਿਆ ਵੀ 20% 25-30% ਨੰਬਰ ਲੈ ਕੇ ਵੀ ਬੰਦੇ DC ਬਣਦੇ, ਜਿਹੜਾ ਪੇਪਰ ਹੁੰਦਾ ਪੇਪਰ ਦੇ ਵਿੱਚੋਂ 25-30% ਨੰਬਰ ਲੈ ਕੇ ਵੀ ਬੰਦੇ ਸਿੱਧੇ ਡਾਇਰੈਕਟ DC ਲੱਗਦੇ ਨੇ, ਬਟ ਉਹ 2 ਵਾਰੀ ਨੈਸ਼ਨਲ ਖੇਡੇ ਹੋਣ, ਜੇ ਕੋਈ ਇੰਟਰਨੈਸ਼ਨਲ ਖੇਡਿਆ ਹੋਇਆ ਹੁਣ ਤਾਂ ਸਿੱਧੀ ਡਾਇਰੈਕਟ ਓਪਰਚੁਨਿਟੀ। ਹੁਣ ਆਪਣੇ ਹਰਮਨ ਹੈ ਮੋਗੇ ਨੇ ਸਿੰਘ ਦੀ, ਜਿਹੜੀ ਇੰਡੀਆ ਟੀਮ ਦੀ ਅੱਜ ਕੱਲ੍ਹ ਕ੍ਰਿਕਟ ਟੀਮ ਦੀ ਕੈਪਟਨ ਹੈ, ਉਹ DSP ਹੈ, ਹਰਭਜਨ ਸਿੰਘ ਜਿਹੜਾ ਕਮੈਂਟਰੀ ਕਰਦਾ ਫਿਰਦਾ ਰਹਿੰਦਾ ਹੈ, ਠੀਕ ਹੈ, ਉਹ ਹਰਭਜਨ
ਸੱਜਣ ਸਿੰਘ ਹੁਣ ਤਾਂ ਨਾਲੇ ਤਾਂ ਐਮ ਪੀ ਵੀ ਹੈ, ਰਾਜ ਸਭਾ ਮੈਂਬਰ ਹੈ, ਅਤੇ ਦੂਸਰੀ ਉਹ ਡੀ ਐਸ ਪੀ ਵੀ ਹੈ। ਉਹ ਡੀ ਐਸ ਪੀ ਤਾਂ ਉਹ ਰੈਂਕ ਸੀ, ਹੁਣ ਜੋਬ ਮਿਲੀ ਉਸਨੂੰ ਧੋਨੀ ਹੈ। ਧੋਨੀ ਖੇਡਦਾ ਕ੍ਰਿਕਟ ਸੀ ਪਰ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਉਹ ਮੇਜਰ ਵੀ ਹੈ, ਮੈਨੂੰ ਲੱਗਦਾ ਵੀ ਉਹ ਮੇਜਰ ਹੈ ਜਾਂ ਆਰਮੀ ਦੇ ਵਿੱਚ ਉਹਦਾ ਰੈਂਕ ਹੈ। ਸਚਿਨ ਤੇਂਦੁਲਕਰ ਦਾ ਵੀ ਰੈਂਕ ਹੈ, ਵਿਰਾਟ ਕੋਹਲੀ ਨੂੰ ਵੀ ਕੋਈ ਨਾ ਕੋਈ ਜੋਬ ਵੱਖਰੀ। ਉਹਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਨੇ ਸਿਰਫ ਖੇਡਣਾ, ਪਰ ਉਹਨਾਂ ਨੂੰ ਉਹ ਰੈਂਕ ਦੀ ਤਨਖਾਹ ਮਿਲੀ ਜਾਣੀ, ਬਾਕੀ ਜਿਹੜਾ ਉਹ ਕਮਾਉਂਦੇ ਨੇ ਉਹ ਵੱਖਰਾ। ਤਾਂ ਆਪਣੇ ਆਪ ਨੂੰ ਕਾਬਿਲ ਬਣਾਓ ਔਰ ਇਹ ਦੇਖੋ ਵੀ ਤੁਸੀਂ ਕਿਹੜੀ ਚੀਜ਼ ਦੇ ਵਿੱਚ ਮਾਹਰ ਬਣ ਸਕਦੇ ਹੋ, ਤੁਹਾਨੂੰ ਕਿਹੜੀ ਚੀਜ਼ ਆਸਾਨ ਲੱਗਦੀ ਹੈ, ਕਿ ਵੱਖਰਾ ਚੈਨਲ ਲੈ ਕੇ ਆਓ, ਵੱਖਰੀ ਚੀਜ਼ ਲੈ ਕੇ ਆਓ। ਦੁਨੀਆ ਅੱਜ ਕੰਪੀਟੀਸ਼ਨ ਦਾ ਜ਼ਮਾਨਾ ਹੈ, ਜੇ ਤੁਹਾਡੇ ਵਿੱਚ ਕੁਛ ਵੱਖਰਾ ਹੋਊਗਾ ਤਾਂ ਦੁਨੀਆ ਭੀੜ ਦੇ ਵਿੱਚੋਂ ਨਿਕਲ ਕੇ ਤੁਸੀਂ ਵੱਖਰੇ ਖੜੋਗੇ। ਔਰ ਤੁਹਾਨੂੰ ਹਰ ਕੋਈ ਚਾਹੂਗਾ ਵੀ ਕੰਪਨੀਆਂ ਨੇ ਵੱਡੀਆਂ ਵੱਡੀਆਂ, ਅੱਜ ਕੱਲ੍ਹ ਜੇ ਟੈਕਨੀਕਲ ਫੀਲਡ ਦੇ ਵਿੱਚ ਤੁਸੀਂ ਇਹਦੇ 'ਚੋਂ ਕਰਦੇ ਹੋ ਤਾਂ ਇੱਥੇ ਪਹਿਲੀ ਗੱਲ ਤਾਂ ਆਪਾਂ ਇੱਥੇ ਜ਼ੋਰ ਲਾਈ ਜਾਂਦੇ ਹਾਂ ਵੀ ਅਮੈਰੀਕਾ ਚਲੇ ਜਾਈਏ, ਉੱਥੇ ਚਲੇ ਜਾਈਏ ਪੜ੍ਹਨ ਦੇ ਲਈ, ਬਾਹਰ ਐਡਮਿਸ਼ਨ ਮਿਲਦੇ। ਔਰ ਕਈ ਬੱਚੇ ਅਜਿਹੇ ਵੀ ਨੇ ਜਿਹੜੇ ਆਹ ਚੀਜ਼ ਨੂੰ ਚੰਗੀ ਤਰ੍ਹਾਂ ਇੱਥੇ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਕੰਪਨੀਆਂ ਨੂੰ ਪਤਾ ਲੱਗਦਾ, ਗੂਗਲ ਵਰਗੀਆਂ ਨੇ, ਮਾਈਕਰੋਸੋਫਟ ਵਰਗੀਆਂ ਕੰਪਨੀਆਂ ਨੇ, ਜਾਂ ਹੋਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਮੈਰੀਕਾ ਦੇ ਵਿੱਚ ਬਹੁਤ ਸਾਰੀਆਂ ਏਜੰਸੀਆਂ ਨੇ, ਬਹੁਤ ਸਾਰੇ ਡਾਕਟਰ ਆਪਣੇ ਨੇ ਉੱਥੇ, ਉਹ ਤਾਂ ਜਿਹੜੀ ਕਰੀਮ ਹੁੰਦੀ ਆ ਵਧੀਆ ਪੜ੍ਹਦੇ ਨੇ, ਉਹ ਆਪੇ ਚੱਕ ਕੇ ਲੈ ਜਾਂਦੇ ਨੇ। ਪਿੱਛੇ ਜਿਹੜੀ ਇਗਜ਼ਾਮਪਲ ਹੈ, ਹੋ ਗਏ 2-3 ਸਾਲ, ਇੱਕ ਜਵਾਕ ਜਿਹੜਾ ਹਜੇ ਬੀ ਟੈਕ ਕਰ ਰਿਹਾ ਸੀਗਾ, ਬੀ ਟੈਕ ਕਰ ਰਿਹਾ ਸੀ, ਉਹਨੇ ਬਿਹਾਰ ਤੋਂ ਸੀ, ਬਿਹਾਰ ਦੇ ਬੱਚੇ ਬਹੁਤ ਪੜ੍ਹਦੇ ਨੇ, ਉਹ ਬੀ ਟੈਕ ਕਰਦਾ ਸੀ, ਉਹਨੇ ਗੂਗਲ ਨੂੰ ਹੈਕ ਕਰ ਲਿਆ। 10 ਮਿੰਟ ਪੂਰੇ ਵਰਲਡ ਦੇ ਵਿੱਚ ਗੂਗਲ ਬੰਦ ਹੋ ਗਿਆ ਅਤੇ ਸਾਰੇ ਪਾਸੇ ਹਫੜਾ ਦਫੜੀ ਪੈ ਗਈ। ਅਤੇ ਫਿਰ ਉਹਨਾਂ ਨੇ ਉਸੇ ਬੱਚੇ ਨੇ ਗੂਗਲ ਦੇ ਉੱਤੇ ਮੇਲ ਕਰੀ ਵੀ ਤੁਹਾਡੀ ਆਹਾ ਇੱਥੇ ਕਮਜ਼ੋਰੀ ਹੈ, ਕੋਈ ਵੀ ਬੰਦਾ ਤੁਹਾਨੂੰ ਹੈਕ ਕਰ ਸਕਦਾ, ਇਸ ਕਰਕੇ ਇਸ ਕਮਜ਼ੋਰੀ ਨੂੰ ਤੁਸੀਂ ਠੀਕ ਕਰ ਲਓ, ਵੀ ਸਹੀ 10 ਮਿੰਟਾਂ ਬਾਅਦ ਤੁਹਾਡਾ ਗੂਗਲ ਸਾਰੇ ਕਿਤੇ ਚੱਲ ਪਊ। ਜਦੋਂ ਉਹਦੀ ਛਾਣਬੀਣ ਕੀਤੀ ਗਈ, ਗੂਗਲ ਤੋਂ ਸਪੈਸ਼ਲ ਸਿੱਧੇ ਅਮੈਰੀਕਾ ਤੋਂ ਬੰਦੇ ਉਹਦੇ ਕੋਲ ਡਾਇਰੈਕਟ ਆਏ, ਕਿਉਂਕਿ ਉਹ ਪਤਾ ਲੱਗ ਗਿਆ ਉਹਦੀ ਲੋਕੇਸ਼ਨ ਪਤਾ ਲੱਗ ਗਈ, ਡਾਇਰੈਕਟ ਪਹੁੰਚ ਕੇ ਉਹਦੇ ਕੋਲ ਕਹਿੰਦੇ ਵੀ ਤੈਨੇ ਕਿਵੇਂ ਹੈਕ ਕਰਿਆ, ਇੱਥੋਂ ਆਏ, ਉਹਨੇ ਦੱਸੀ ਜਦੋਂ ਗੱਲ, ਹਜੇ ਉਹ ਪੜ੍ਹਦਾ ਸੀ, ਉਹ ਜਾ ਕੇ ਲੈ ਗਿਆ ਵੀ ਤੂੰ ਅਮੈਰੀਕਾ ਦੇ ਵਿੱਚ ਆਏਗਾ, ਤੂੰ ਉੱਥੇ ਤੇਰੀ ਖਾਣਾ ਪੀਣਾ ਰਹਿਣਾ ਸਹਿਣਾ ਸਾਰਾ ਕੁਛ ਫਰੀ ਵਿਦ ਫੈਮਿਲੀ, ਤੂੰ ਸਾਡੇ ਨਾਲ ਚੱਲ ਕੰਮ, ਤੈਨੇ ਗੂਗਲ ਲਈ ਕਰਨਾ, ਹੁਣ ਉੱਥੇ ਨੌਕਰੀ ਉਮਰ ਭਰ ਦੀ। ਔਰ ਐਂ ਵੀ ਨਹੀਂ ਵੀ ਲੱਖ ਲੱਖ ਰੁਪਈਆ ਕਰੋੜਾਂ ਦੇ ਵਿੱਚ, ਤਾਂ ਫਿਰ ਉਹ ਜਿਹੜੇ ਵੱਖਰੇ ਹੁੰਦੇ ਨੇ, ਜਿਹੜੇ ਵੱਖਰੇ ਹੁੰਦੇ ਨੇ ਉਹਨਾਂ ਦੀ ਮੌਤ ਵੱਖਰੀ ਹੁੰਦੀ ਹੈ। ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਵੱਖਰਾ ਬਣਾ ਕੇ ਭੇਜਿਆ ਹੈ, ਤਾਂ ਸਾਨੂੰ ਆਪਣੀ ਮੌਤ ਆਪਣੇ ਅੰਦਰ ਸਾਡੇ ਅੰਦਰ ਕੀ ਵਧੀਆ ਉਹਨੂੰ ਦੇਖਣ ਦੀ ਲੋੜ ਹੈ। ਫੀਲਡ ਕੋਈ ਵੀ ਕਰ ਲਓ, ਮੈਂ ਕਹਿੰਦਾ ਵੀ ਇਹਦੇ 'ਚੋਂ ਕਹਿ ਦਿੰਦੇ ਨੇ ਵੀ ਆਹ ਨਹੀਂ ਸਬਜੈਕਟ ਵਧੀਆ, ਆਹ ਨਹੀਂ ਸਬਜੈਕਟ ਵਧੀਆ ਜੀ, ਇਹਦੀ ਵੈਲਿਊ ਨਹੀਂ, ਉਹਦੀ ਵੈਲਿਊ ਨਹੀਂ, ਹਰ ਚੀਜ਼ ਦੀ ਵੈਲਿਊ ਹੈ। ਪਰ ਜਿਹੜੀ ਚੀਜ਼, ਜਿਹੜਾ ਵੀ ਤੁਸੀਂ ਸਬਜੈਕਟ ਪੜ੍ਹ ਰਹੇ ਹੋ, ਉਸ ਸਬਜੈਕਟ 'ਤੇ ਤੁਸੀਂ ਥੋੜ੍ਹੋਂ ਮਾਹਰ ਹੋਣਾ ਚਾਹੀਦਾ, ਤੁਹਾਡੇ ਬਰਾਬਰ ਕੰਪੀਟੀਸ਼ਨ ਦੇ ਵਿੱਚ ਨਾ ਕੋਈ ਪੜ੍ਹ ਸਕੇ, ਇਸ ਤਰ੍ਹਾਂ ਦੀ ਨੌਲੇਜ ਹੋਵੇ, ਚਾਹੇ ਹੋਮ ਸਾਇੰਸ ਹੈ, ਚਾਹੇ ਜਿਹੜਾ ਮਰਜ਼ੀ ਸਬਜੈਕਟ ਹੈ, ਜਿਹੜਾ ਤੁਸੀਂ ਐਂ ਸੋਚਦੇ ਵੀ ਤਾਂ ਹੈ ਨਹੀਂ, ਇਹਦਾ ਕੀ ਫਾਇਦਾ, ਅਕਸਰ ਤੁਸੀਂ ਗੱਲ ਸੁਣੋਗੇ ਇਹਦਾ ਕੀ ਫਾਇਦਾ, ਸਬਜੈਕਟ ਰੱਖੇ ਨੇ ਕਿਉਂਕਿ ਉਹਨਾਂ ਦੀ ਲੋੜ ਹੈ, ਇਸੇ ਕਰਕੇ ਰੱਖੇ ਜਾਂਦੇ ਨੇ। ਪਰ ਔਦ ਸਮਾਜ ਦੇ ਵਿੱਚ ਉਹਦੀ ਉਹ ਬਣਦੀ ਹੈ ਜਿਹਦੀ ਉਸ ਸਬਜੈਕਟ ਦੇ ਉੱਤੇ ਪਕੜ ਮਜ਼ਬੂਤ ਹੁੰਦੀ ਹੈ। ਸੋ ਸਬਜੈਕਟ ਜਿਹੜਾ ਵੀ ਪੜ੍ਹਦੇ ਹੋ, ਫੀਲਡ ਜਿਹੜੀ ਵੀ ਚੁਣਦੇ ਹੋ, ਉਹਦੇ ਵਿੱਚ ਆਪਣੇ ਆਪ ਨੂੰ ਵੱਖਰਾ ਕਰਕੇ ਦਿਖਾਓ ਅਤੇ ਵਧੀਆ ਫੀਲ ਕਰਕੇ ਦਿਖਾਓ, ਫਿਰ ਦੁਨੀਆ
ਲਿਖਿਆ ਹੋਊਗਾ ਅਤੇ ਜੇ ਕੋਈ ਸਵਾਲ ਨੇ ਉਹ ਤੁਸੀਂ ਪੁੱਛ ਸਕਦੇ ਰਤਨ ਸਰ ਤੋਂ। ਨਾਮ ਤੁਹਾਡੀ ਥੈਂਕ ਯੂ ਸਰ। ਇਹ ਵੀ ਜੀ ਆਪਾਂ ਪਹਿਲਾਂ ਵੀ ਜਿਵੇਂ ਗੱਲ ਕਰਕੇ ਹਟਿਆ ਵੀ ਪੜ੍ਹਾਈ ਉਹ ਸਾਰਾ ਕੁਛ ਵੀ ਨਹੀਂ ਹੁੰਦੀ, ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਹੀਂ ਪੜ੍ਹਨਾ, ਪੜ੍ਹਾਈ ਦੇ ਨਾਲ ਬਹੁਤ ਕੁਛ ਹੈ, ਜ਼ਿੰਦਗੀ ਦਾ ਇੰਜੋਇਮੈਂਟ ਪੜ੍ਹਾਈ ਦੇ ਨਾਲ ਆ। ਪਰ ਆਪਾਂ ਦੋ ਗੱਲਾਂ ਕਰਦੇ ਸੀਗੇ ਵੀ ਇੱਕ ਸਰਵਿਸ ਸੈਕਟਰ ਹੈ, ਹੁਣ ਬਿਜ਼ਨਸ ਵਾਲੇ ਪਾਸੇ ਵੀ ਆ ਸਕਦੇ ਤੁਸੀਂ। ਬਿਜ਼ਨਸ ਦੀ ਗੱਲ ਅਸੀਂ ਚਲੋ ਸਾਡੇ ਕੋਲ ਸਕਿੱਪ ਹੋ ਕੇ ਨਹੀਂ ਕਰ ਸਕਦੇ, ਇੰਨਾ ਸਾਰੇ ਇੱਕ ਪਾਸੇ ਤਾਂ ਆਪਾਂ 1.5 ਲੱਖ ਦੀ ਨੌਕਰੀ ਕਰਨੀ ਆ, ਜਿਹੜਾ ਬੰਦਾ ਸਾਨੂੰ 1.5 ਲੱਖ ਦਾ ਪਰ ਮੰਥ ਦੇ ਰਿਹਾ ਇਹਦਾ ਮਤਲਬ ਉਹ ਕਰੋੜਾਂ ਦੇ ਵਿੱਚ ਕਮਾ ਵੀ ਰਿਹਾ ਹੋਊਗਾ, ਤਾਂ ਹੀ ਦੇ ਰਿਹਾ। ਪੱਲੋਂ ਤਾਂ ਨਹੀਂ ਦਊਗਾ ਬੰਦਾ। ਹਾਂ ਤੁਸੀਂ ਆਹ ਦੁਕਾਨ 'ਤੇ ਜਾਂਦੇ ਹੋ, ਮੰਨ ਲਓ ਛੋਟੀ ਜਿਹੀ ਇਗਜ਼ਾਮਪਲ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਕਰਿਆਨੇ ਦੀ ਦੁਕਾਨ ਹੋਊਗੀ, ਉਹਨੂੰ 10-12 ਹਜ਼ਾਰ ਰੁਪਇਆ ਜਾਂ 5-7 ਹਜ਼ਾਰ ਰੁਪਇਆ ਬੰਦੇ ਨੂੰ ਨੌਕਰੀ ਦੇ ਉੱਤੇ ਦਿੰਦਾ ਜਿਹੜਾ ਉਹਦੇ ਕੋਲ ਕੰਮ ਕਰਦਾ, ਉਹ ਤਾਂ ਹੀ ਦਿੰਦਾ ਜੇ ਉਹਦੇ ਕੋਲ ਕਮਾਈ ਹੈ। ਅਤੇ ਦਸ ਬਾਰਾਂ ਹਜ਼ਾਰ ਰੁਪਇਆ ਉਹ ਤੁਹਾਨੂੰ ਦੇ ਕੇ ਉਹ 1 ਲੱਖ ਰੁਪਏ ਦਾ ਕਮਾਉਂਦਾ ਉਹ, ਅਤੇ ਇਸ ਕਰਕੇ ਬਿਜ਼ਨਸ ਵੀ ਇੱਕ ਬੜੀ ਵੱਡੀ ਓਪਰਚੁਨਿਟੀ। ਮੈਂ ਸਰਵਿਸ ਸੈਕਟਰ 'ਤੇ ਗੱਲ ਕਰਦਾ, ਹੁਣੇ ਮੈਂ ਤੁਹਾਨੂੰ ਸੁੰਦਰ ਪਿਚਾਈ ਆ, ਤੁਸੀਂ ਪੜ੍ਹ ਕੇ ਦੇਖਿਓ ਗੂਗਲ ਦੇ ਉੱਤੇ, ਗੂਗਲ ਕਰਕੇ ਦੇਖਿਓ ਉਹਦੀ ਇੱਕ ਦਿਨ ਦੀ ਜਿਹੜੀ ਐਵਰੇਜ ਘੱਟੋ ਘੱਟ ਮੈਂ ਮੰਨਦਾ ਹਾਂ ਵੀ ਉਹਦੀ ਇੱਕ ਦਿਨ ਦੀ ਜਿਹੜੀ ਤਨਖਾਹ ਬਣਦੀ ਆ 5 ਕਰੋੜ ਰੁਪਈਆ ਬਣਦੀ ਆ ਅੱਜ ਦੀ ਡੇਟ ਦੇ ਵਿੱਚ। ਉਹ ਸਾਲ ਦਾ 2122 ਮਤਲਬ 2200 ਕਰੋੜ ਰੁਪਈਏ ਦੇ ਕਰੀਬ ਕਰੀਬ ਉਹ ਸਾਲ ਦਾ ਕਮਾਉਂਦਾ, 2200 ਕਰੋੜ ਰੁਪਈਆ। ਹੁਣ ਉਹ ਜਿੱਥੋਂ ਕਮਾਉਂਦਾ 2200 ਕਰੋੜ ਜਿੱਥੋਂ ਉਹਦੀ ਤਨਖਾਹ ਹੈ, ਤਾਂ ਇਹਦਾ ਮਤਲਬ ਜਿਹੜੀ ਜਿਹੜੀ ਕੰਪਨੀ ਦੇ ਵਿੱਚ ਉਹ ਕੰਮ ਕਰਦਾ ਹੈ ਤਾਂ ਉਹ ਕਿੰਨੇ ਕਰੋੜ ਕਮਾਉਂਦੀ ਹੋਊਗੀ। ਤਾਂ ਫਿਰ ਆਪਣੇ ਆਪ ਨੂੰ ਅਜਿਹਾ ਬਣਾਓ, ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰੀਏ, ਆਪਾਂ ਨੂੰ ਆਪ ਨੂੰ ਅਜਿਹਾ ਬਣਾਓ ਜਿਹੜਾ ਦੁਨੀਆ ਦੇ ਵਿੱਚ ਵੱਖਰੇ ਹੋਈਏ ਅਸੀਂ, ਇੱਥੇ ਤੱਕ ਹੀ ਨਾ ਰਹੀਏ। ਉਹ ਠੀਕ ਹੈ ਇਹ ਸਰਵਿਸ ਸੈਕਟਰ ਨੇ ਬਹੁਤ ਵਧੀਆ ਸਰਵਿਸ, ਅਸੀਂ ਜਿਵੇਂ ਹੁਣ ਜੇ ਮੰਨ ਲਓ ਵੀ ਅਸੀਂ ਤੁਹਾਨੂੰ ਦੇਖੋ ਡਿਸਕਰੇਜ ਨਹੀਂ ਕਰਦੇ, ਹਰ ਇੱਕ ਬੰਦੇ ਦਾ ਆਪਣਾ ਆਪੋ ਆਪਣਾ ਪੈਸ਼ਨ ਹੁੰਦਾ ਹੈ। ਕੋਈ ਕਹਿੰਦਾ ਵੀ ਮੈਂ PCS ਇਗਜ਼ਾਮ ਕਰਕੇ IPS ਬਣਨਾ, ਕੋਈ ਕਹਿੰਦਾ ਮੈਂ ਟੀਚਰ ਲੱਗਣਾ, ਕੋਈ ਕਹਿੰਦਾ ਮੈਂ ਫਿਜ਼ੀਕਲ ਟੀਚਰ ਲੱਗਣਾ, ਕੋਈ ਕਹਿੰਦਾ ਮੈਂ ਗੇਮ ਖੇਡਣੀ ਹੈ, ਕੋਈ ਕਹਿੰਦਾ ਮੈਂ ਬਿਜ਼ਨਸ ਕਰਨਾ। ਹੁਣ ਜੇ ਸਰਵਿਸ ਸੈਕਟਰ ਦੀ ਗੱਲ ਜੇ ਅਸੀਂ ਆਪਣੀ ਗੱਲ ਕਰੀਏ ਜਾਂ ਮੰਨ ਲਓ DC ਦੀ ਵੀ ਗੱਲ ਕਰ ਲਈਏ, ਉਹ ਪੂਰੇ ਸਾਲ ਦੇ ਵਿੱਚ 1 ਕਰੋੜ ਰੁਪਈਆ ਤਨਖਾਹ ਨਹੀਂ ਬਣਦੀ ਉਹਦੀ ਪ੍ਰੋਪਰ, ਪੂਰੇ ਸਾਲ ਦੇ ਵਿੱਚ 1 ਕਰੋੜ ਰੁਪਈਆ ਤਨਖਾਹ ਨਹੀਂ ਬਣਦੀ। ਪਰ ਜੇ ਬਿਜ਼ਨਸ ਵਾਲੇ ਆਪਣੇ ਕਿੱਤੇ ਵੱਲ ਨੂੰ ਚੱਲ ਕੇ ਉਹਦੇ ਵੱਲ ਨੂੰ ਵੀ ਕਰ ਲਈਏ ਆਪਾਂ, ਤਾਂ ਫਿਰ ਪਤਾ ਹੀ ਨਹੀਂ ਕਿੰਨੀ ਵੱਡੀ ਓਪਰਚੁਨਿਟੀ ਹੈ। ਹੁਣ ਇਹ ਨਹੀਂ ਆਪਾਂ ਉੱਧਰ ਨੂੰ ਨਹੀਂ ਹੋਣਾ, ਜਿਹਦਾ ਜਿੱਧਰ ਨੂੰ ਇੰਟਰਸਟ ਹੈ ਉੱਧਰ ਨੂੰ ਹੋਣਾ, ਕਿਉਂਕਿ ਕੋਈ ਬੰਦਾ ਬਿਜ਼ਨਸ ਜ਼ਿਆਦਾ ਵਧੀਆ ਕਰ ਸਕਦਾ ਹੁੰਦਾ, ਕੋਈ ਬੰਦਾ ਕੰਮ ਜ਼ਿਆਦਾ ਵਧੀਆ ਕਿਸੇ ਲਈ ਕਰ ਸਕਦਾ। ਹੁਣ ਮੈਂ ਸੁੰਦਰ ਪਚਾਈ ਦੀ ਗੱਲ ਕਰੀਏ, ਉਹ 5 ਕਰੋੜ ਰੁਪਏ ਲੈ ਰਹੇ ਕਿਉਂਕਿ ਉਹਦੇ ਅੰਦਰ ਕੁਆਲਿਟੀ ਹੈ, ਜਦੋਂ ਮਰਜ਼ੀ ਚਾਹੇ ਉਹ ਹੁਣ ਕਰਦਾ ਕਿੱਥੇ ਹੈ ਕੰਮ, ਗੂਗਲ ਦੇ ਵਿੱਚ ਆਵੇ ਵੀ ਸ਼ਾਇਦ, ਗੂਗਲ ਦਾ CEO ਆ ਜਿਹੜਾ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਹੈ ਕਿਸੇ ਕੰਪਨੀ ਦਾ, ਉਹਨੂੰ CEO ਕਹਿੰਦੇ ਨੇ, ਪ੍ਰਾਈਵੇਟ ਕੰਪਨੀਆਂ ਜਿੰਨੀਆਂ ਵੀ ਨੇ। ਤਾਂ ਆਪਦੇ ਆਪ ਨੂੰ ਉਸ ਕਾਬਿਲ ਬਣਾਓ। ਬਿਜ਼ਨਸ ਦੀ ਮੈਂ ਆਪਾਂ ਗੱਲ ਕਰਦੇ ਸੀ, MRF ਟਾਇਰ ਹੈ,
ਉਹਦੇ ਤੁਸੀਂ ਉਹਦੀ ਸਟੋਰੀ ਸੁਣ ਕੇ ਦੇਖਿਓ, ਉਹ ਕੀ ਸੀ, ਗੁਬਾਰੇ ਵੇਚਦਾ ਸੀ, ਗੁਬਾਰੇ ਵੇਚਦਾ ਵੇਚਦਾ ਉਹ ਐਮ ਆਰ ਐਫ ਦੇ। ਹੁਣ ਉਸੇ ਤਰੀਕੇ ਦੇ ਨਾਲ ਇੱਕ ਲਾਹੌਰੀ ਜਿਹੜਾ ਅੱਜ ਕੱਲ੍ਹ ਦੀ ਗੱਲ ਹੈ, ਲਾਹੌਰੀ ਜੀਰਾ ਪੀਂਦੇ ਨਾ ਤੁਸੀਂ, ਉਹਨੇ ਬਿਰਤਾ ਪਾਈ ਹੋਈ ਹੈ ਕੋਕਾ ਕੋਲਾ ਨੂੰ, ਇੰਨੀ ਜ਼ਿਆਦਾ ਉਹਦੀ ਗਰੋਥ ਹੋ ਰਹੀ ਹੈ, ਉਹਨੇ ਬਿਰਤਾ ਪਾਈ ਹੋਈ ਹੈ ਕੋਕਾ ਕੋਲਾ ਲੈਣ ਨੂੰ, ਉਹਨਾਂ ਨੂੰ ਐਂ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਇਹਦੇ ਬਰਾਬਰ ਲਿਆਈਏ ਕੀ। ਹਾਲਾਂਕਿ ਠੀਕ ਹੈ ਆਪਾਂ ਨੂੰ ਪੀਣਾ ਨਹੀਂ ਚਾਹੀਦਾ ਸਾਡੀ ਸਿਹਤ ਲੈ ਲਈ ਉਹ ਠੀਕ ਹੈ, ਬਟ ਫਿਰ ਵੀ ਬਿਜ਼ਨਸ ਤਾਂ ਬਿਜ਼ਨਸ, ਅਗਲੇ ਨੇ ਇੱਕ ਵੱਖਰੇ ਤਰੀਕੇ ਦੇ ਨਾਲ ਭੀੜ ਦੇ ਵਿੱਚੋਂ ਹਟ ਕੇ ਸੋਚਿਆ ਅਤੇ ਫਿਰ ਉਹ ਗਾਂ ਕਾਮਯਾਬ ਹੋ ਗਈ। ਜਿਹੜਾ ਵੀ ਬੰਦਾ ਭੀੜ 'ਚੋਂ ਹਟ ਕੇ ਸੋਚੂਗਾ ਉਹ ਕਾਮਯਾਬ ਹੋਊਗਾ ਹੀ ਹੋਊਗਾ, ਉਹਦਾ ਰਾਹ ਵੱਖਰਾ ਹੋਊਗਾ, ਸਮਝ ਰਹੇ ਹੋ? ਤਾਂ ਆਪਣੇ ਆਪ ਨੂੰ ਕਾਬਿਲ ਬਣਾਓ, ਸਬਜੈਕਟ ਕਿਹੜਾ ਮਰਜ਼ੀ ਪੜ੍ਹੋ।